ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਅਸੀਂ ਤੁਹਾਡੀ ਪੰਜਾਬੀ ਦੀ ਕਿਤਾਬ ਦਾ ਪਾਠ ਨੰਬਰ 21 ਪੜ੍ਹਾਂਗੇ ਜਿਸ ਦਾ ਨਾਂ ਹੈ ਪਿੰਡ ਨੂੰ ਬੋਲਦਾ ਹੈ ਦੀਪ ਨੂੰ ਸਕੂਲ ਵਿੱਚ ਛੁੱਟੀਆਂ ਹੋ ਗਈਆਂ ਸਨ ਉਹ ਮਾਡਲ ਸਕੂਲ ਵਿੱਚ ਪੜਦਾ ਸੀ ਉਸ ਦੇ ਦੋਸਤ ਕਿਧਰੇ ਨਾ ਕਿਧਰੇ ਸੈਰ ਕਰਨ ਜਾ ਰਹੇ ਸਨ ਉਹ ਵੀ ਚਾਹੁੰਦਾ ਸੀ ਕਿ ਕਿਸੇ ਵੱਡੇ ਸ਼ਹਿਰ ਜੈਪੁਰ ਜੋਧਪੁਰ ਪਾਲਨਪੁਰ ਜਾਂ ਬੰਗਲੌਰ ਜਾਵੇ ਸਕੂਲੋਂ ਘਰ ਪਹੁੰਚਦੇ ਅਹੀਂ ਉਸ ਨੇ ਆਪਣੇ ਪਾਪਾ ਨੂੰ ਪੁੱਛਿਆ ਪਾਪਾ ਅਸੀਂ ਛੁੱਟੀਆਂ ਵਿੱਚ ਘੁੰਮਣ ਕਿੱਥੇ ਜਾਵਾਂਗੇ ਛੁੱਟੀਆਂ ਤਾਂ ਅਜੇ ਤੋਂ ਹੋ ਗਈਆਂ ਹਨ ਪਾਪਾ ਉਸ ਦੀ ਗੱਲ ਸੁਣ ਕੇ ਮੁਸਕੁਰਾਏ ਤੇ ਕਹਿਣ ਲੱਗੇ ਬੇਟਾ ਮੈਂ ਸੋਚਦਾ ਹਾਂ ਕਿ ਐਤਕੀ ਤੁਹਾਨੂੰ ਪਿੰਡ ਦੀ ਸੈਰ ਕਰਾਈ ਜਾਵੇ ਪਿੰਡ ਜਿੱਥੇ ਤੇਰੇ ਦਾਦਾ ਦਾਦੀ ਤੇ ਤਾਇਆ ਤਾਈ ਰਹਿੰਦੇ ਹਨ ਲੈ ਬੱਸ ਪਿੰਡ ਹੀ ਮੇਰਾ ਦੋਸਤ ਰਮਨ ਤਾਂ ਜੈਪੁਰ ਜਾ ਰਿਹਾ ਹੈ ਤੇ ਏਕਮ ਤਾਂ ਲੰਡਨ ਕੇਵਲ ਸੈਰ ਕਰਨ ਹੀ ਜਾ ਰਿਹਾ ਤੇ ਮੈਂ ਪਿੰਡ ਉਸਨੇ ਗੁੱਸੇ ਹੁੰਦੇ ਹੋਏ ਕਿਹਾ beta ਤੂੰ ਪਿੰਡ ਜਾ ਕੇ ਦੇਖੇ ਤਾਂ ਸਹੀ ਤੈਨੂੰ ਕਿੰਨਾ ਚੰਗਾ ਲੱਗੇਗਾ ਨਹੀਂ ਨਹੀਂ ਮੈਂ ਪਿੰਡ ਨਹੀਂ ਜਾਣਾ ਮਾਸੀ ਜੀ ਦੀ ਬੇਟੀ ਕੰਚੂ ਦੱਸਦੀ ਸੀ ਕਿ ਪਿੰਡ ਵਿੱਚ ਤਾਂ ਗੋਹੇ ਦੀ ਬਦਬੂ ਆਉਂਦੀ ਰਹਿੰਦੀ ਏ ਹੁਣ ਉਹ ਗੱਲ ਨਹੀਂ ਹੈ ਬੇਟੇ ਅਸੀਂ ਤਾਂ ਕਾਫੀ ਸਾਲਾਂ ਮਗਰੋਂ ਜਾ ਰਹੇ ਹਾਂ ਹੁਣ ਪਿੰਡ ਵਿੱਚ ਗੋਹੇ ਦੀ ਬਦਬੋ ਨਹੀਂ ਆਉਂਦੀ ਹੁਣ ਤਾਂ ਉੱਥੇ ਗੋਹੇ ਦੀ ਗੈਸ ਬਣਨ ਲੱਗ ਪਈ ਐ ਸਾਰਾ ਗੋਹਾ ਇੱਕ ਥਾਂ ਕੋਲ ਗੈਸ ਪਲਾਂਟ ਕੋਲ ਇਕੱਠਾ ਕਰ ਦਿੱਤਾ ਜਾਂਦਾ ਐ ਦੀਪ ਦੀ ਭੈਣ ਰਾਨੋ ਪਾਪਾ ਦੀ ਗੱਲ ਸੁਣ ਕੇ ਬੋਲੀ ਹਾਂ ਪਾਪਾ ਜੀ ਅੱਜ ਕੱਲ੍ਹ ਪਿੰਡਾਂ ਨੇ ਤਾਂ ਬਹੁਤ ਤਰੱਕੀ ਕਰ ਲਈ ਐ ਸਾਡੇ ਇੱਥੇ ਤਾਂ ਹਰ ਵੇਲੇ ਚਿੰਗ ਚਿਹੜਾ ਮਿੱਟੀ ਘਟਾ ਉੱਡਦਾ ਰਹਿੰਦਾ ਐ ਪਿੰਡਾਂ ਵਿੱਚ ਤਾਂ ਹੁਣ ਪੱਕੀਆਂ ਸੜਕਾਂ ਬਣ ਗਈਆਂ ਨੇ ਤੇ ਉੱਥੇ ਹੁਣ ਧੂੜ ਮਿੱਟੀ ਵੀ ਨਹੀਂ ਹੁੰਦੀ ਭੈਣ ਦੀ ਗੱਲ ਸੁਣ ਕੇ ਦੀਪ ਪਿੰਡ ਜਾਣ ਲਈ ਮੰਨ ਗਿਆ ਦੀਪ ਦੇ ਮਾਤਾ ਜੀ ਨੇ ਪਿੰਡ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਦੂਜੇ ਦਿਨ ਉਹ ਆਪਣੇ ਕਾਰ ਰਾਹੀਂ ਪਿੰਡ ਨੂੰ ਤੁਰ ਪਏ ਤੇ ਸ਼ਾਮ ਦੇ ਕੁਸਮੂਸੇ ਤੱਕ ਪਿੰਡ ਪਹੁੰਚ ਗਏ ਉਹਨਾਂ ਨੂੰ ਦੇਖ ਕੇ ਦੀਪ ਦੇ ਦਾਦਾ ਦਾਦੀ ਤੇ ਤਾਇਆ ਤਾਈ ਤੇ ਉਹਨਾਂ ਦੇ ਬੱਚੇ ਰੇਨੂ ਤੇ ਰਾਜ ਬਹੁਤ ਖੁਸ਼ ਹੋਏ ਦੇਖਦੇ ਆਂ ਦੇਖਦੇ ਆਂ ਪਿੰਡ ਦਾ ਵੇੜਾ ਲੋਕਾਂ ਨਾਲ ਭਰ ਗਿਆ ਸਾਰੇ ਉਹਨਾਂ ਦਾ ਹਾਲ ਚਾਲ ਪੁੱਛ ਰਹੇ ਸਨ ਬੱਚਿਆਂ ਦੇ ਸਿਰਾਂ ਤੇ ਹੱਥ ਰੱਖ ਪਿਆਰ ਦੇ ਰਹੇ ਸਨ ਦੀਪ ਆਪਣੀ ਭੈਣ ਨੂੰ ਕਹਿਣ ਲੱਗਾ ਭੈਣ ਸ਼ਹਿਰ ਵਿੱਚ ਤਾਂ ਐ ਕਦੀ ਨਹੀਂ ਹੁੰਦਾ ਭੈਣ ਨੇ ਸਮਝਾਇਆ ਦੀਪ ਇਹੀ ਤਾਂ ਫਰਕ ਹੈ ਪਿੰਡਾਂ ਤੇ ਸ਼ਹਿਰਾਂ ਦਾ ਇੱਥੇ ਆਪਸ ਵਿੱਚ ਆਂਡ ਗੁਆਂਡ ਦਾ ਬਹੁਤ ਪਿਆਰ ਹੁੰਦਾ ਹੈ ਇੰਨੇ ਨੂੰ ਰੇਨੂ ਤੇ ਰਾਜ ਭੱਜੇ ਭੱਜੇ ਉਹਨਾਂ ਕੋਲ ਆਏ ਤੇ ਕੰਨ ਵਿੱਚ ਕਹਿਣ ਲੱਗੇ ਆਪਾਂ ਸਵੇਰੇ ਸਵੇਰੇ ਨਹਿਰ ਤੇ ਜਾਵਾਂਗੇ ਉੱਥੇ ਖੂਬ ਮौज-ਮਸਤੀ ਕਰਾਂਗੇ ਉੱਥੇ ਨੇੜੇ ਹੀ ਬੋਰਡ ਉੱਤੇ ਅਸੀਂ ਪਿੰਗ ਵੀ ਪਾਈ ਹੋਈ ਹੈ ਚੂਟੇ ਲਵਾਂਗੇ ਗੱਲਾਂ ਕਰਦੇ ਕਰਦੇ ਹੋ ਰਾਤ ਨੂੰ ਸੌਂਗ ਹੈ ਸਵੇਰੇ ਚਿੜੀਆਂ ਦੀ ਚੀਂਚੀ ਨੇ ਰੁੱਖਾਂ ਦੀ ਸਰਸਰਾਹਟ ਨੇ ਗਲੜੀਆਂ ਦੀਆਂ ਟਪੂਸੀਆਂ ਨੇ ਉਹਨਾਂ ਨੂੰ ਆਪਣੇ ਆਪ ਹੀ ਜਗਾ ਦਿੱਤਾ ਤੇ ਉਹ ਸਾਰੇ ਨਹਿਰ ਵੱਲ ਨੂੰ ਸੈਰ ਕਰਨ ਤੁਰ ਪਏ ਥੱਕ ਟੁੱਟ ਕੇ ਨੱਚਦਾ ਟੱਪਦੇ ਉਹ ਵਾਪਸ ਮੁੜੇ ਤਾਂ ਉਹਨਾਂ ਨੂੰ ਮਿਸੀਆਂ ਬੇਸਨ ਪਿਆਜ਼ ਵਾਲੀਆਂ ਰੋਟੀਆਂ ਨਾਲ ਤਾਜ਼ੀ ਲੱਸੀ ਤੇ ਮੱਖਣ ਜੋ ਉਹਨਾਂ ਦੇ ਦਾਦੀ ਜੀ ਨੇ ਸਵੇਰੇ ਸਵੇਰੇ ਦੁੱਧ ਰੇੜਕ ਕੇ ਕੱਢਿਆ ਸੀ ਖਾਣ ਨੂੰ ਮਿਲਿਆ ਦੀਪ ਨੂੰ ਮਿਸੀ ਰੋਟੀ ਬਹੁਤ ਸਵਾਦ ਲੱਗੀ ਉਸ ਉਹ ਆਪਣੇ ਦਾਦੀ ਜੀ ਨੂੰ ਕਿਹਾ ਸ਼ਹਿਰ ਵਿੱਚ ਤਾਂ ਬਾਜ਼ਾਰੀ ਮੱਖਣ ਖਾ-ਖਾ ਕੇ ਮੈਂ ਬਹੁਤ ਥੱਕ ਗਿਆ ਸੀ ਦਿਨ ਵੇਲੇ ਉਹਨਾਂ ਦੇ ਤਾਇਆ ਜੀ ਸਾਰਿਆਂ ਨੂੰ ਆਪਣੇ ਫਾਰਮ ਤੇ ਲੈ ਗਏ ਫਲਾਦੇ ਬੂਟੇ ਫਲਾ ਨਾਲ ਝੂਲ ਰਹੇ ਸਨ ਅਮਰੂਦ ਦੇ ਬੂਟਿਆਂ ਉੱਤੇ ਤਾਂ ਢੇਰ ਸਾਰੇ ਅਮਰੂਦ ਲੱਗੇ ਹੋਏ ਸਨ ਤੇ ਉਹ ਇੰਨੇ ਨੀਵੇਂ ਸਨ ਕਿ ਭਾਵੇਂ ਹੱਥ ਨਾਲ ਤੋੜ ਲਵੋ ਦੀਪ ਦੇ ਤਾਇਆ ਜੀ ਦੇ ਲੜਕੇ ਨੇ ਦੱਸਿਆ ਕਿ ਇੰਨਾ ਅਮਰੂਦਾਂ ਵਿੱਚ ਕੀੜਾ ਨਹੀਂ ਹੁੰਦਾ ਕਿਉਂਕਿ ਇੱਥੇ ਜਿੰਨੇ ਵੀ ਬੂਟੇ ਲਾਏ ਗਏ ਹਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਹਿਦਾਇਤਾਂ ਅਨੁਸਾਰ ਹੀ ਲਾਏ ਗਏ ਹਨ ਯੂਨੀਵਰਸਿਟੀ ਦੇ ਸੁਝਾਅ ਅਨੁਸਾਰ ਹੁਣ ਜੈਵਿਕ ਖੇਤੀ ਦਾ ਰੁਝਾਨ ਵੀ ਹੋ ਗਿਆ ਹੈ ਤਾਇਆ ਜੀ ਪਾਪਾ ਨੂੰ ਦੱਸ ਰਹੇ ਸਨ ਕਿ ਐਤਕੀ ਕਨਕ ਦਾ ਝਾੜ ਵੀ ਬਹੁਤ ਵੱਧ ਸੀ ਖੇਤੀਬਾੜੀ ਮਹਾਰ ਇੱਥੇ ਆਏ ਸਨ ਉਹਨਾਂ ਅਨੁਸਾਰ ਹੀ ਬਿਜਾਈ ਵਗੈਰਾ ਕੀਤੀ ਸੀ ਸ਼ਾਮ ਨੂੰ ਤਾਈ ਜੀ ਨੇ ਖੇਤਾਂ ਚੋਂ ਤਾਜ਼ਾ-ਤਾਜ਼ਾ ਸਾਗ ਤੋੜ ਕੇ ਲਿਆਂਦਾ ਤੇ ਬਣਾਇਆ ਰਾਤੀ ਸਾਗ ਨਾਲ ਮੱਕੀ ਦੀਆਂ ਰੋਟੀਆਂ ਪਕਾਈਆਂ ਸਾਰਿਆਂ ਨੇ ਬੜੇ ਸਵਾਦ ਨਾਲ ਸਾਗ ਤੇ ਮੱਕੀ ਦੀ ਰੋਟੀ ਖਾਧੀ ਅਗਲੇ ਦਿਨ ਉਹਨਾਂ ਨੇ ਦਰਿਆ ਵਿੱਚ ਲੱਗੀ ਪੰਚਕੀ ਦੇਖੀ ਤੇਲ ਕੱਢਣ ਵਾਲੀ ਚੱਕੀ ਦੇਖੀ ਜੋ ਸ਼ਾਮ ਵੇਲੇ ਖਾਸ ਕਿਸਮ ਦਾ ਸੰਗੀਤ ਪੈਦਾ ਕਰਦੀਆਂ ਹਨ ਉੱਥੇ ਨੇੜੇ ਹੀ ਇੱਕ ਪੋਲਟਰੀ ਫਾਰਮ ਸੀ ਤਾਇਆ ਜੀ ਸਭ ਬੱਚਿਆਂ ਨੂੰ ਉੱਥੇ ਲੈ ਗਏ ਕੁੱਕੜੀਆਂ ਕਿੱਥੇ ਅੰਡੇ ਦਿੰਦੀਆਂ ਹਨ ਉਹਨਾਂ ਦੀ ਖੁਰਾਕ ਦੇ ਇੰਤਜ਼ਾਮ ਪਾਣੀ ਦੇ ਇੰਤਜ਼ਾਮ ਸਾਫ-ਸਫਾਈ ਆ ਕੁਝ ਦੇਖਿਆ ਸਭ ਨੇ ਰਲ ਕੇ ਖੂਬ ਮौज-ਮਸਤੀ ਕੀਤੀ یوں ਹਰ ਰੋਜ਼ ਕੁਝ ਨਾ ਕੁਝ ਨਵਾਂ ਦੇਖਦੇ ਹਫਤਾ ਲੰਘ ਗਿਆ ਹੁਣ ਤਾਂ ਦੀਪ ਕਹਿ ਰਿਹਾ ਸੀ papa ਅਜੇ ਤਾਂ ਹੋਰ ਵੀ ਕਈ ਕੁਝ ਦੇਖਣ ਵਾਲਾ ਰਹਿ ਗਿਆ ਏ ਤੇ ਨਾਲੇ ਹੁਣ ਤਾਂ ਸ਼ਹਿਰ ਜਾਣ ਨੂੰ ਵੀ ਦਿਲ ਨਹੀਂ ਕਰਦਾ ਅਗਲੇ ਦਿਨ ਜਦੋਂ ਉਹ ਵਾਪਸ ਜਾਣ ਲੱਗੇ ਤਾਂ ਦਾਦੀ ਜੀ ਨੇ ਗੰਨੇ ਸਾਗ ਮੱਕੀ ਦਾ ਆਟਾ ਦਾਲਾਂ ਤੇ ਕਣਕ ਆਦ ਗੱਡੀ ਵਿੱਚ ਪਹਿਲਾਂ ਹੀ ਰਖਵਾ ਦਿੱਤੀਆਂ ਸਨ ਹੁਣ ਦੀਪ ਆਖ ਰਿਹਾ ਸੀ ਕਿ ਉਹ ਹਰ ਵਾਰ ਛੁੱਟੀਆਂ ਵਿੱਚ ਪਿੰਡ ਆਇਆ ਕਰੇਗਾ ਹਾਂਜੀ ਪਿਆਰੇ ਬੱਚਿਓ ਤੁਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਾਪੀ ਉੱਤੇ ਲਿਖਣੇ ਹਨ ਅਤੇ ਤੁਸੀਂ ਕਾਲ ਤੋਂ ਕੀ ਭਾਵ ਹੈ ਕਾਲ ਦੀਆਂ ਕਿਸਮਾਂ ਕਾਲ ਕਿੰਨੀ ਪ੍ਰਕਾਰ ਦਾ ਹੁੰਦਾ ਹੈ ਇਸ ਬਾਰੇ ਵੀ ਆਪਣੀ ਕਾਪੀ ਦੇ ਵਿੱਚ ਲਿਖਣਾ ਹੈ ਤੁਸੀਂ ਅੱਖੀਂ ਡਿਠਾ ਮੈਚ ਇਹ ਲੇਖ ਆਪਣੀ ਕਾਪੀ ਵਿੱਚ ਲਿਖਣਾ ਹੈ ਅਸਲਾਮੁਅਲੈਕ